ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ న్యూਸ ਦਾ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੀ ਕਿਸਾਨਾਂ ਨੇ ਕਰ ਲਈ ਦਿੱਲੀ ਕੂਚ ਦੀ ਤਿਆਰੀ ਬੈਰੀਕਾਡ ਤੋੜਨ ਲਈ ਲਾਇਆ ਇਹ ਵੱਡਾ ਜੁਗਾੜ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਕਿਸਾਨਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਪ੍ਰਸਤਾਵ ਨੂੰ ਖਾਰਜ ਕਰਨ ਮਗਰੋਂ ਅੱਜ ਦਿੱਲੀ ਕੂਚ ਕਰਨ ਦਾ ਐਲਾਨ ਕਰ ਦਿੱਤਾ ਗਿਆ ਕਿਸਾਨ ਸਵੇਰੇ 11 ਵਜੇ ਟਰੈਕਟਰ ਟਰਾਲੀਆਂ ਨਾਲ ਦਿੱਲੀ ਕੂਚ ਕਰਨਗੇ ਜਿਸ ਨੂੰ ਦੇਖਦਿਆਂ ਉਹਨਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਵੀ ਸ਼ੰਭੂ ਬਾਰਡਰ ਤੇ ਬੈਰੀਕੇਡਿੰਗ ਹੋਰ ਸਖਤ ਕਰ ਦਿੱਤੀ ਗਈ ਇਸ ਦਰਮਿਆਨ ਕਿਸਾਨਾਂ ਨੇ ਵੀ ਪੁਲਿਸ ਵੱਲੋਂ ਲਾਏ ਗਏ ਬੈਰੀਕੇਡਾਂ ਨੂੰ ਪਾਰ ਕਰਨ ਲਈ ਵੱਡਾ ਜਗਾੜ ਲਾ ਲਿਆ ਹੈ ਜੀ ਸ਼ੰਭੂ ਬਾਰਡਰ ਤੇ ਇਸ ਸਮੇਂ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਕਿਸਾਨ ਮਿੱਟੀ ਅਤੇ ਰੇਤਾਂ ਨਾਲ ਭਰੇ ਹੋਏ ਬੋਰੇ ਸੁੱਟਦੇ ਨਜ਼ਰ ਆ ਰਹੇ ਨੇ ਨਵੂਰਿਆਂ ਨੂੰ ਸ਼ੰਭੂ ਟੋਲ ਪਲਾਜ਼ਾ ਤੋਂ ਪਹਿਲਾਂ ਉਤਾਰਿਆ ਜਾ ਰਿਹਾ ਜੀ ਬਾਰਡਰ ਤੇ ਬੰਕਰ ਬਣਾਏ ਜਾ ਰਹੇ ਨੇ ਕਿਸਾਨਾਂ ਨੇ ਦੱਸਿਆ ਕਿ ਬੂਰੀਆਂ ਦੀ ਮਦਦ ਨਾਲ ਰੈਪ ਬਣਾਏ ਜਾਣਗੇ ਤਾਂ ਜੋ ਇੱਕ ਪੁੱਲ ਦੇ ਵਾਂਗ ਕੰਮ ਕਰਨਗੇ ਇਹਨਾਂ ਦੀ ਸਹਾਇਤਾ ਲਈ ਨਾਲ ਉਹ ਅੱਗੇ ਵਧਣਗੇ ਉਹਨਾਂ ਨੇ ਕਿਹਾ ਜੀ 6-7 ਦਿਨਾਂ ਤੋਂ ਕੰਮ ਚੱਲ ਰਿਹਾ ਜੀ 10 ਦੇ ਕਰੀਬ ਟਰਾਲੀਆਂ ਬੂਰੀਆਂ ਨਾਲ ਭਰੀਆਂ ਹਨ ਇੱਕ ਜੀਸੀਬੀ ਤੇ ਹਾਈਡਰਾ ਮਸ਼ੀਨਾਂ ਵੀ ਲਿਆਂਦੀ ਗਈ ਹੈ ਉਹਨਾਂ ਨੇ ਕਿਹਾ ਜੀ ਸਾਡੇ ਕਿਸਾਨ ਆਗੂ ਇੱਕ ਵਾਰ ਇਸ਼ਾਰਾ ਕਰਨ ਸਿਰਫ 1 ਘੰਟੇ ਦੇ ਵਿੱਚ ਸਾਰੇ ਬੈਰੀਗੇਡ ਤੋੜ ਕੇ ਸੁੱਟ ਦੇਵਾਂਗੇ ਧੰਨਵਾਦ